ਹਾਂਜੀ ਹਲੋ ਜੀ ਬੋਨੋਸੇਰਾ ਅਸਲਾਮੁਅਲੈਕੁਮ ਸਸਰੀਕਲ ਜੀ ਐਂਡ ਨਮਸਕਾਰ ਉਮੀਦ ਹੈ ਸਭ ਠੀਕ ਠਾਕ ਹੋਣਗੇ ਉਮੀਦ ਹੈ ਛੁੱਟੀ ਦਾ ਦਿਨ ਅੱਛਾ ਗੁਜ਼ਰਿਆ ਹੋਣਾ ਹੈ ਵੈਰੀ ਗੁੱਡ ਲੋ ਭਾਈ ਮਿਕਸ ਵਾਲਾ ਸੀ ਪੜ ਰਹੇ ਹਾਂ ਕੋਈ ਕਿਸੇ ਚੈਪਟਰ ਸੇ ਕੋਈ ਕਿਸੇ ਚੈਪਟਰ ਸੇ ਜਿਸ ਤਰ੍ਹਾਂ ਕੇ ਐਗਜ਼ਾਮ ਆਂਦਾ ਹੈ ਮਿਕਸ ਵਾਲਾ ਆਂਦਾ ਸਕੇ ਦਾ ਆਂਦੇ ਐਗਜ਼ਾਮ ਚ ਹੁੰਦੇ ਦਾ ਇੱਕ ਸਕੇ ਦਾ ਜੀ ਦੇਖਨੇ ਆ ਪੜ ਕੇ ਕਿਹੜਾ ਵੇਰ ਹੋਏ ਕਿਹੜਾ ਫਾਲਸ ਹੋਏ ਇਹ ਚੋਕ ਦਾ ਸਵਾਲ ਹੈ ਦੁਬਾਰਾ ਵੈਲਕਮ ਸਭ ਸਾਬਾ ਨੂੰ ਚੋਕ ਚ ਤਰੀਕਾ ਕਰੇ ਹੁੰਦਾ ਜੀ ਕਿ ਪਹਿਲਾ ਉਸ ਗੱਡੀ ਨੇ ਜਾਣਾ ਹੁੰਦਾ ਸਦਾ ਸੱਜੀ ਸਾਈਡ ਬਿਲਕੁਲ ਖਾਲੀ ਹੋਵੇ ਜਿਸ ਤਰ੍ਹਾਂ ਕਿ ਉਹ ਨਾ ਐ ਗੱਡੀ ਹੈ यदि सज्जी साइड बिल्कुल खाली है एंड तक ए पहला जाएगी सवाल की पूछ रहा है कि सितवस्यों ने रेजेंट इन फिगूरा ये जो सिचुएशन है जो दिखाई गई है फोटो में व्हीकल बी पास करे फर्स्ट रेड गाड़ी बिल्कुल ठीक है बी पास करे प्रीमो, प्रीमो मीन पहले नंबर पर बिल्कुल वेर हो गया जी ਦੋ ਸਸਵਾ ਨੋਨ ਐਜ਼ ਇਸਟੋਨੋ ਗਵਾਂਤੀ ਨਹੀਂ ਹੈਗੇ ਦਸਤਾਨੇ ਯੂਜ਼ ਕਰਨ ਵਾਤੇ ਮੋਟਰਸਾਈਕਲ ਦੇ ਤੀਪੋ ਓਮੋਲਗਾਤੂ ਅਟੈਸਟਡ ਪਾਸ ਕੀਤੇ ਹੋਏ ਅੰਦਰ ਨਹੀਂ ਹੈਗੇ ਦਸਤਾਨੇ ਕੋਈ ਸਪੈਸ਼ਲ ਮੋਟਰਸਾਈਕਲ ਦੇ ਗਲਤ ਹੋ ਗਿਆ ਭਾਈ ਹੈਗੇ ਆ ਦਸਤਾਨੇ ਸਪੈਸ਼ਲ ਮੋਟਰਸਾਈਕਲ ਦੇ ਐਫ ਹੋ ਗਿਆ ਲੂਚੇ 베ਰਦੇ ਅੱਛੇ ਜੀ 레드 ਲਾਈਟ ਆਨ ਹੋਵੇ ਸੇ ਮਫੂਰੂਦੀ ਫੋਟੋ ਵਾਲੀ ਇਹਦੀ ਕਲ ਕਰ ਰਿਹਾ ਜੀ ਇਜਾਜ਼ਤ ਹੈ ਪੈਦੋਨੀ ਇੰਪਿਨੀਆਰੇ ਐਂਟਰੀ ਕਰ ਸਕਦੇ ਨੇ ਇਸ ਕਰੇ ਜਾਤਚ ਅਤਰਾ ਵਿਰਸਾਰ ਲ ਕਰਾਸ ਕਰਨ ਲਈ ਕਹਿੰਦੇ ਗ੍ਰੀਨ ਲਾਈਟ ਆਨ ਹੋਵੇ ਤੇ ਪੈਦੋਨੀ ਨੂੰ ਇਜਾਜ਼ਤ ਬਿਲਕੁਲ ਵੇਰ ਹੋ ਗਿਆ ਜੀ मैं वेरो क्लिक करता ये जो सिग्नल दिखाया गया है इंपीएगा दो तो सौ स्त्रा का उस रोड पर लग जाता है गो दोनों जिड़े रखते ने तीरी तो दी परिछेद पैल दे ये जो सिग्नल है उस रोड पर लगता है जेड़े रखते ने पैल नहीं भाई ਇਸ ਰੋਡ ਉੱਡਣ ਲੱਭਦੇ ਜਿਨ੍ਹਾਂ ਦੀ ਨਹੀਂ ਪਹਲ ਹੁੰਦੀ ਜਿਵੇਂ ਸਟਾਪ ਹੁੰਦਾ ਹੈ ਇਹਦਾ ਵੀ ਉਹ ਹੀ ਮਤਲਬ ਕਿ ਭਾਈ ਜੀ ਰੁਕੋ ਅੱਗੇ ਵਾਲੀਆਂ ਗੱਡੀਆਂ ਨੂੰ ਰਾਹ ਦਿਓ ਤੇ ਫਿਰ ਪਹਿਲੇ ਦੇ ਚ ਨਹੀਂ ਆ ਜੀ ਮੈਂ ਐਫ ਕਰ ਦਿੱਤਾ ਡਿਸਟਰੈਸ ਉਹਨੇ ਕਹਿੰਦੇ ਬੇਤਿਆ ਨਹੀਂ ਕਰਨਾ ਲਾਪਰਵਾਹੀ ਕਰ ਜਾਣਾ ਬੇਤਿਆ ਨਹੀਂ ਜਿਹੜੀ ਡਰਾਈਵਰ थी ਉਹ ਇਸੇਰੇ ਕਉਜ਼ਾਤਾ ਇਹ ਸਬਬ ਬਣ ਜਾਂਦਾ ਹੈ ਰੀਚੇਰ ਕਾ ਕੋਮਾਂਦੀ ਰਾਧਿਓ रेडियो की कमांड कर बेध्यानी रेडियो की कमांड न भी बन जाती है वो आलतरी अपारे की इलेक्ट्रोनिक या दूसरिया चीज़ा न बहरा एक तरह सियों गौर करो दूजा रेडियो थे कि बेध्यानी बन जाती है रेडियो नाल बिल्कुल वे रहो ਤੇਰਤਾ ਕੇ ਦੀ ਮਿਨੂਰੇ ਕਟ ਜਾਏ ਰੂ ਮੋਰੇ ਸ਼ੋਰ ਖਪ ਰੋਲਾ ਸ਼ੋਰ ਸ਼ਰਾਬਾ ਅੰਦੇ ਤਾਂ ਕਿ ਕਟ ਜਾਏ ਸ਼ੋਰ ਜਿਹੜਾ ਵਹੀਕਲ ਬਣਾਉਂਦੀ ਹੈ ਮੋਟਰ ਵਾਲੀ ਨੀਚੇ ਸਾਰੀ ਉਹ ਜ਼ਰੂਰੀ ਹੈ ਇਸ ਪੋਜ਼ਿਟਿਵ ਉਹ ਜਿਹੜਾ ਸਿਸਟਮ ਹੈ ਸਲੰਸਰ ਵਾਲਾ ਮਰਮੀਤਾ ਵੀ ਸਲੰਸਰ ਨੂੰ ਕਹਿੰਦੇ ਤੇ ਟਾਪਿਕ ਇਹ ਸੀ ਕਿ ਤਾਂ ਕਿ ਸ਼ੋਰ ਕਟੇ ਫਿਰ ਤੁਸੀਂ ਕੀ ਕਰੋ ਜੀ ਸਲੰਸਰ ਇਫੀਚੈਂਟ ਇਹ ਉਹ ਸਹੀ ਕੰਮ ਕਰਦਾ ਹੋਵੇ ਔਰ ਟਿਪੋ ਅਪਰੋਵਟੋ ਮਨਜ਼ੂਰੀ علاوه ਬਿਲਕੁਲ ਜਿਹੜਾ ਕਿ ਅਟੈਸਟਿਡ ਹੋਵੇ ਤਾਂ ਕਿ ਸ਼ੋਰ ਘਟੇ ਤੁਹਾਡੇ ਸਲੰਸਰ ਵਿੱਚ ਦੋ ਕੁਆਲਿਟੀ ਹੋਣੀਆਂ ਚਾਹੀਦੀਆਂ ਨੇ ਜੀ ਇੱਕ ਤੇ ਕਰਤਕਾਰਕੀ ਸਹੀ ਹੋਵੇ ਦੀ ਕੰਮ ਸਹੀ ਕਰਦਾ ਹੋਵੇ ਦੂਜਾ ਉਹ ਅਟੈਸਟਿਡ ਹੋਵੇ ਬਿਲਕੁਲ ਵੇਰੋ ਬੜੀ ਸਹੀ ਗੱਲ ਉਹਨੇ ਕੀਤੀ ਹੈ ਡਰਾਈਵਰ ਜਿਹੜਾ ਵਹੀਕਲ ਦੂਏ ਰੋਤੇ ਵਾਲਾ ਮਸਲਨ ਮੋਟਰਸਾਈਕਲ ਹੋ ਗਿਆ ਚਲੋ ਪੂ ਚਰਕੂਲਾਰੇ ਇਜਾਜ਼ਤ ਹੈ ਉਹ ਚੱਲ ਸਕਦਾ ਹੈ ਪੁਰਤਾਂਦੂ ਕਨਸੇ ਆਪਣੇ ਨਾਲ ਜਾਨਵਰ ਡੋਮੈਸਟਿਕ ਲਿਕ ਡੋਮੈਸਟਿਕ ਮੀਨ ਘਰਾਲੇ ਜਾਨਵਰ ਕੁੱਤਾ ਹੋ ਗਿਆ ਬਿੱਲੀ ਹੋ ਗਿਆ ਦੂਹੇ ਰੋਤੇ ਵਾਲੇ ਨੂੰ ਕਹਿ ਰਿਹਾ ਮੋਟਰਸਾਈਕਲ ਵਾਲਿਆ ਤੂੰ ਡੋਮੈਸਟਿਕ ਜਾਨਵਰ ਆਪਣੇ ਨਾਲ ਲੈ ਜਾ ਸਕਨੇ ਸੇ ਕੁਸਤੋ ਦੀ ਤੂੰ ਵਰ ਨੂੰ ਕਾਬੂ ਕਰੋ ਉਸਿੱਤ ਗੱਭੀਆ ਪਿੰਜਰੇ ਚ ਪੂਰਕੇ ਔਰ ਇਹ ਵੀ ਸ਼ਰਤ ਹੈ ਨੌਨ ਸੀਸ ਪੂਰਜੈਂਤੇ ਉਤੜੀ ਮੋਟਰਸਾਈਕਲ ਤੂੰ ਬਾਹਰ ਨਹੀਂ ਨਿਕਲਣਾ ਚਾਹੀਦਾ ਉਲਤਰੇ 50 ਸੈਂਟੀਮੀਟਰ 50 ਸੈਂਟੀਮੀਟਰ ਤੋਂ ਜ਼ਿਆਦਾ ਉਹ ਬਾਹਰ ਨਾ ਨਿਕਲੇ ਜਿਹੜਾ ਤੁਸੀਂ ਜਾਨਵਰ ਰੱਖਿਆ ਦੇਖੋ ਦੋ ਗੱਲਾਂ ਕੀਤੀਆਂ ਸੋ ਇੱਕ ਤੇ ਗਾਦੀਆ ਪਿੰਜਰੇ ਚ ਇਹਨੂੰ ਰੱਖਣਾ ਹੈ ਠੀਕ ਹੈ ਜੀ ਜਾਨਵਰ ਨੂੰ ਔਰ ਦੂਜਾ 50 ਤੂੰ ਉੱਪਰ ਨਹੀਂ ਕਰਨਾ ਨੋ ਉੱਪਰ 50 50 ਸੈਂਟੀਮੀਟਰ ਕਹਿੰਦੇ ਸੱਜੇ ਖਬੇ ਸਮਾਨ ਬਾਰ ਨਿਕਲ ਜਾਂਦਾ ਮੋਟਰਸਾਈਕਲ ਅਰ ਤੱਕਈ ਵਰੀ ਤੂੰ ਕਹਿੰਦੇ 50 ਸੈਂਟੀਮੀਟਰ ਤੱਕ ਜਾਜਦੇ ਉਹ ਤੂੰ ਉੱਪਰ ਨੋ ਔਰ ਪਿੰਜਰੇ ਚ ਰੱਖੋ ਫਿਰ ਬਿਸ਼ੱਕ ਜਾਨਵਰ ਮੋਟਰਸਾਈਕਲ ਤੇ ਪਾ ਲੋ ਵੇਰੋ ਫੀਨੋਮੈਨੋ ਆਕਵਾ ਪਲਾਨਿੰਗ ਆਕਵਾ ਪਲਾਨਿੰਗ ਹੁੰਦੀ ਹੈ ਗੱਡੀ ਪਾਣੀ ਦੇ ਉੱਤੇ ਗੱਡੀ ਤਿਲਕ ਜਾਂਦੀ ਏ ਪਾਣੀ ਦੀ ਜਿਸ ਤਰ੍ਹਾਂ ਕਿ ਛੱਪੜੀ ਬਣੀ ਹੁੰਦੀ ਏ ਮੈਂ ਤੁਹਾਨੂੰ ਫੋਟੋ ਦੇ ਦਿਖਾ ਦੇਣਾ ਪਾਣੀ ਇਕੱਠਾ ਹੋਇਆ ਸੀ ਜਨਾਬ ਤੁਸੀਂ ਗੁਜ਼ਰੇ ਹੋ ਤੇਜ਼ ਆਪਣੀ ਗੱਡੀ ਫਿਰ ਟਾਇਰ ਥੋੜੇ ਜਿਹਾ ਸਲਿੱਪ ਜੇ ਹੋ ਜਾਂਦੇ ਆ ਪਾਣੀ ਦੇ ਉੱਤੇ ਉਹਨੂੰ ਕਹਿੰਦੇ ਨੇ ਆਕਵਾਪਲਾਨਿੰਗ ਜਿਸ ਤਰ੍ਹਾਂ ਕਿ ਗੱਡੀ ਛਿੱਟੇ ਡਾਂਦੀ ਏ ਇਹ ਚੀਜ਼ ਹੋਗੀ ਇਹ اچھی ਚੀਜ਼ ਨਹੀਂ ਹੈ ਇਹ ਦਿਨਾ ਗੱਡੀ ਥੋੜੀ ਜਿੱਤੀ ਲੱਗ ਜਾਂਦੀ ਹੈ ਔਰ ਟਾਇਰ ਸਹੀ ਜ਼ਮੀਨ ਨਾਲ ਟੱਚ ਵੀ ਨਹੀਂ ਕਈ ਵਾਰੀ ਹੁੰਦੇ ਮਸਲਾ ਬਣਾਉਂਦੇ ਇਹਨੂੰ ਕਹਿ ਲਓ ਆਕਵਾ ਪਲਾਨਿੰਗ ਠੀਕ ਹੈ ਜੀ ਤੇ ਦੇਖਨੇ ਆ ਸਵਾਲ ਕੀ ਬਣਾਉਂਦਾ ਹੈ ਬੰਦੇ ਕਿ ਆਕਵਾ ਪਲਾਨਿੰਗ ਰਫੋਰਸਾ ਪਾਵਰ ਕਰ ਦਿੱਤੀ ਦਿੰਦੀ ਹੈ ਮਜ਼ਬੂਤ ਕਰਦੀ ਹੈ ਕੌਨਤਾ ਤੂ ਗ੍ਰਿਪ ਟਾਇਰਾਂ ਦੀ ਤੇ ਫਰਸ਼ ਦੀ ਨਹੀਂ ਭਈ ਰਫੋਰਸਾ ਉਹ ਤੇ ਕਮਜ਼ੋਰ ਕਰ ਦਿਆ ਆਕਵਾ ਪਲਾਨਿੰਗ ਕਿਉਂਕਿ ਨਾ ਆਂਦਾ ਆਕਵਾ ਪਲਾਨਿੰਗ ਐ ਜਿਹਦੀ ਤੁਸੀਂ ਫੋਟੋ ਦੇਖੀਏ ਇਹ ਚੀਜ਼ ਰਫ ਫੋਰਸਾ ਇਹ ਹੋਰ ਤਾਕਤ ਬਣਾਉਂਦੀ ਏ ਮਜ਼ਬੂਤ ਕਰਦੀ ਏ ਟੈਰਾਂ ਨੂੰ ਤੇ ਫਰਸ਼ ਦੇ ਫਰਸ਼ ਤੇ ਟੈਰਾਂ ਦੇ ਆਪਸ ਚ ਗ੍ਰਿਪ ਨੂੰ ਪਕੜ ਨੂੰ ਫਾਲਸ ਹੋ ਗਿਆ ਬਾਈ ਇਨ ਪ੍ਰੈਸੈਂਸ ਸਨੇਹਲੇ ਰਾ ਫਿਗੁਰਾਟੋ ਜਬ ਮੌਜੂਦ ਹੈ ਸਿਗਨਲ ਫੋਟੋ ਵਾਲਾ ਇਜਾਜ਼ਤ ਹੈ ਉਹ ਟੇਕ ਕਰ ਲੂ ਕਰੋ ਸੇ ਕਵਾਲੀ ਕਰੋ ਸੇ ਕਵਾਲੀ ਕੋੜੇ ਕੋੜਾ ਟਾਂਗਾ ਇਜਾਜ਼ਤ ਦੇ ਰਿਹਾ ਭਾਈ ਇਜਾਜ਼ਤ ਹੈ ਤੁਸੀਂ ਪਾਵੇਂ ਸਿਗਨਲ ਲੱਗਾ ਹੋਇਆ ਇਜਾਜ਼ਤ ਹੈ ਕਰੋ ਸੇ ਕਵਾਲੀ ਕੋੜਾ ਟਾਂਗੇ ਨੂੰ ਉਹ ਟੇਕ ਕਰ ਲਓ ਫੇਰ ਹਾਂਜੀ ਇਹਦੀ ਤੁਸੀਂ ਪੂਰੀ ਤਫਸੀਲ ਪੜ੍ਹੀ ਹੈ ਉਹਦੇ ਤੁਸੀਂ ਪੜਿਆ ਹੋਇਆ ਹੈ ਕਿ ਇਹਨੂੰ ਕਰ ਸਕਨੇ ਆ ਲਿਮਿਟੇ ਮੈਸsimo ਵੇਲੋਚੀਤਾ ਮੈਕਸਿਮਮ ਸਪੀਡ ਲਿਮਿਟ ਕੁਆਡ੍ਰੀਚਿਕਲੀ ਇਹ ਗੱਡੀ ਦਾ ਨਾਮ ਹੈ ਜੀ ਕੁਆਡ੍ਰੀਚਿਕਲੀ ਮੈਂ ਤੁਹਾਨੂੰ ਫੋਟੋ ਦਿਖਾ ਦੇਣਾ ਇੱਕ ਤੇ ਜਿਹਨਾਂ ਦੇ ਕੋਲ ਮੋਟਰਸਾਈਕਲ ਦਾ ਲਾਇਸੈਂਸ ਹੈ ਉਹਨਾਂ ਕੋਲ ਵੀ ਤੁਸੀਂ ਦੇਖੀ ਹੋਣੀ ਹੈ ਛੋਟੀ ਜੀ ਹੁੰਦੀ ਹੈ ਕੁਆਡ੍ਰੀਚਿਕਲੀ ਹਾਂਜੀ ਇਹ ਨਿੱਕੇ ਪਤੰਤੇ ਵਾਲਿਆਂ ਬੰਦਿਆਂ ਕੋਲੋਂ ਦੀ ਦੋ ਬੰਦੇ ਬੰਦੇ ਮੋਟਰਸਾਈਕਲ ਦਾ ਪਿੱਛੇ ਤਾਰਗਾ ਨੰਬਰ ਪਲੇਟ ਲੱਗੀ ਹੁੰਦੀ ਏ ਤੇ ਇਹਨਾਂ ਦਾ ਨਾਮ ਰੱਖ ਲੂ ਕੁਆਦਰੀ ਚੀਕਲੀ ਠੀਕ ਹੋ ਗਿਆ ਜੀ ਸਵਾਲ ਵਾਲਾ ਕੀ ਕਹਿੰਦਾ ਕਿ ਕੁਆਦਰੀ ਚੀਕਲੀ ਦੀ ਆਬਾਦੀ ਤੋਂ ਬਾਅਦ ਸਪੀਡ 70 ਅ ਨਹੀਂ ਭਾਈ ਅਸੀ ਸਪੀਡ ਇੱਕ ਦੀ ਤੇ ਇੱਕ ਦੀ 45 ਏ ਠੀਕ ਹੈ ਐਵੀ ਗਲਤ ਹੋ ਗਿਆ वेलकम जी स्टूडेंट ना दस दिन पे वेरो फालसो बहुत बढ़िया बात है नदीम अब्बास साहब गे वाले नदीम साहब वेलकम पतेंते कर लेंगे तो चंगे रहना बाकी माशाल्लाह बहुत सारे दोस्त ने जी राजा कामरान साहब ने और सैंडी बसरा साहबा ने हनान अंजम साहब रवि माही साहब जोगा सिंह वेलकम जी सतविंदर साहब ने मलकीत सिंह पास हो गए ने जी थोड़े दिन पहले इन्हों ना मुबारकबाद नाले और फिर भी शौक न क्लास आए ने वेलकम जी शकील साहब आए ने अस्सलाम वालेकुम कह रहे हैं वक्का वही साहब चौथ साहब येजी आल रीटा गोत्रा जी वेलकम ये भी पास हो गए ने फिर भी वेख लो शौक है ना जी मलक डैनी साहब ने बलवंत साहब चौधरी रहमान रज़ा वेलकम जी खुशदीप कर इन हेलो 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 हु आर यू फियासा वेलकम जी सारेनू वेलकम जी आ, मैं ਨਾਲ ਨਾਲ ਆਪਣੀ ਵੀ ਕਰ ਲੈਣਾ ਜੀ ਐਡਵਰਟਾਈਜ਼ ਤੁਹਾਡੀ ਮੁਹੱਬਤ ਤੁਹਾਡੀ ਇਜਾਜ਼ਤ ਨਾਲ ਅਸੀਂ ਆਨਲਾਈਨ ਪੜ੍ਹਾਣੇ ਆ ਰੈਗੂਲਰ ਕਲਾਸਿਸ ਹੁੰਦੀਆਂ ਨੇ ਦਿਨ ਚ ਚਾਰ ਕਲਾਸਾਂ ਹੁੰਦੀਆਂ ਨੇ ਦੋਮੈਨਿਕਾ ਇੱਕ ਸਿਰਫ ਇਹ ਹੀ ਕਲਾਸ ਹੁੰਦੀ ਹੈ ਫ੍ਰੀ ਸਭ ਦੋਸਤਾਂ ਵਾਸਤੇ ਤਾਂ ਕਿ ਸਾਰਿਆਂ ਨਾਲ ਹੀ ਸਾਡੀ ਜਾਣ ਪਛਾਣ ਹੋਵੇ ਸਾਰੇ ਨਾਲ ਹੀ ਅਸਾਂ ਦਾ ਹੋਵੇ ਮੈਂ ਕਿਹਾ ਸਿਰਫ ਇਹ ਨਹੀਂ ਕਿ ਜਿੰਨੇ ਫੀਸ ਦਿੰਦੇ ਨੇ ਉਹਨਾਂ ਦਾ ਦੂਸਰੇ ਵੀ ਚਲੋ ਕੁ ਦੋ ਲਫ਼ਜ਼ ਸਿੱਖ ਲੈ। ਬਾਕੀ 5 ਦਿਨ ਲੂਨੇ ਤੋਂ ਲੈ ਕੇ ਵੈਨਰ ਦੀ ਤੱਕ ਰੈਗੂਲਰ ਕਲਾਸਿਸ ਹੁੰਦੀਆਂ ਨੇ। ਤੇ ਦਿਨ ਚਾਰ ਟਾਈਮ ਰੱਖੇ ਹੋਏ ਨੇ। ਬਹੁਤ ਸੋਹਣੇ ਤਰੀਕੇ ਨਾਲ ਜਿਵੇਂ ਹੁਣ ਤੁਸੀਂ ਸਮਝਦੇ ਹੋ ਪਏ ਇੰਜ ਪੜਾਈਦਾ ਔਰ 100% ਮੇਰੀ ਗਾਰੰਟੀ ਇਹ ਕਿ ਤੁਸਾਨੂੰ ਸਮਝ ਆਏਗੀ। ਜਿਸ ਤਰ੍ਹਾਂ ਹੁਣ ਸਮਝ ਆਂਦੀ ਹੈ। ਕੁਝ ਦੋਸਤਾਂ ਦੇ ਜ਼ਿਹਨ 'ਚ ਕਿ ਸ਼ਾਇਦ ਕੋਲ ਬੈਠ ਕੇ ਪੜ੍ਹਨਾ ਫਾਇਦਾ ਹੁੰਦਾ ਹੈ। ਭਈ ਜਿੰਨਾ ਜ਼ਿਆਦਾ ਇਹ ਅੱਛਾ ਤਰੀਕਾ ਮੈਂ ਬਣਾਇਆ ਹੈ। ਕੋਲ ਬੈਠ ਕੇ ਪੜ੍ਹਨ ਨਾਲ ਵੀ ਇਤਨਾ ਸ਼ਾਇਦ ਤਾਨੂੰ ਫਾਇਦਾ ਨਾ ਹੋਵੇ ਜਿੰਨਾ ਇਹ ਦੇ ਨਾਲ। ਕਿਉਂਕਿ ਹਰ ਚੀਜ਼ ਹਰ ਹਰ ਲਫ਼ਜ਼ ਮੈਂ ਡਿਸਕਸ ਕਰ ਰਿਹਾ। ਔਰ ਐਕਚੁਅਲੀ ਇਹ ਪੜਾਈ ਮੈਂ ਜਿਹੜੇ ਸਾਡੇ ਅਨਪੜ੍ਹ ਭਰਾ ਨੇ ਉਹਨਾਂ ਵਾਸਤੇ ਤਰੀਕਾ ਕਰ ਰਿਹਾ ਕਿ ਭਈ ਉਹਨਾਂ ਨੂੰ ਵੀ ਇਸ ਫਾਇਦਾ ਹੋਵੇ, ਸਮਝ ਆਵੇ। ਉਹਨਾਂ ਨੂੰ ਪਤਾ ਵੀ ਮੈਂ ਕਿੱਥੇ ਪੜਾ ਰਿਹਾ। ਠੀਕ ਹੈ ਜੀ। ਜੇ ਨਾਲ ਇਟਾਲੀਅਨ ਨਹੀਂ ਆਂਦੀ 100% ਮੇਰੇ ਨਾਲ ਪਟੈਂਟ ਤੇ ਕਰ ਸਕਦੇ ਨੇ ਸਿਰਫ ਥੋੜੀ ਜਿਹੀ ਮਤ ਕਰਨੀ ਪੈਣੀ ਔਰ ਸਾਡਾ ਕੰਟਰੈਕਟ ਵੀ ਹੁੰਦਾ 1 ਸਾਲ ਤੱਕ ਤੁਸਾਨੂੰ ਅਸੀਂ ਪੜਾਣਾ ਹੁੰਦਾ ਹੈ ਮناسب ਜੀ ਫੀਸ ਬਹੁਤ ਹੀ ਜੈਸ ਮناسب ਫੀਸ ਤੁਸੀਂ ਕੰਟੈਕਟ ਕਰੋਗੇ WhatsApp ਤੇ ਤੇ ਮੈਂ ਤੁਸਾਨੂੰ ਇਨਫਾਰਮੇਸ਼ਨ ਕਰ ਦਿਆਂਗੇ ਆਫਿਸ ਵੀ ਸਾਡੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਬੈਰ ਕਾਮੋ ਸਰੀਆ ਤੇ ਆਫਿਸੇ ਸਾਡਾ ਮਿਲ ਵੀ ਸਕਦੇ ਹੋ ਇੱਥੇ ਵੀ ਕਲਾਸਾਂ ਚੱਲ ਰਹੀਆਂ ਨੇ ਫਿਜ਼ੀਕਲ ਔਰ ਆਨਲਾਈਨ ਵੀ ਪੜ ਰਹੇ ਆ ਇੱਥੇ ਥੋੜਾ ਜਿਹਾ ਜੇ ਟਾਈਮ ਹੈ ਅਜੇ ਆਫਿਸ ਦਾ ਕੰਮ ਕਰ ਰਹੇ ਆ ਬਦਰ ਬਹੁਤ ਜਲਦੀ ਸ਼ੁਰੂ ਹੋ ਜਾਣਗੇ ਤੇ ਜ਼ਰੂਰ ਜੀ ਜਿਹੜਾ ਸ਼ੌਕ ਰੱਖਦਾ ਹੈ ਪਤਨ ਤੇ ਕਰਨ ਦਾ ਰੈਗੂਲਰ ਮੇਰੇ ਨਾਲ ਐਡਮਿਸ਼ਨ ਲੈਣ ਦਾ ਜ਼ਰੂਰ ਰਾਬਤਾ ਕਰੇ ਜੀ WhatsApp ਤੇ ਮੇਰੇ ਸੌਰੀ Facebook ਤੇ ਨੰਬਰ ਲਿਖਿਆ ਹੋਇਆ ਤੇ ਅਗਰ ਤੁਸੀਂ ਕਰ ਤਿਆਰੀ ਕਰ ਰਹੇ ਹੋ ਥੋੜੀ ਮਤਲਬ ਹੈਲਪ ਚਾਹੀਦੀ ਹੈ ਫਿਰ ਤਾਂ ਮੇਰੇ ਨਾਲ ਤੁਸੀਂ ਸੰਡੇ ਕਲਾਸ ਲਾਓ ਇਕਨਗਰ ਤੋਂ ਸਟਾਰਟ ਸ਼ੁਰੂ ਹੋਣੀ ਕੀਤਾ ਤੇ ਫਿਰ ਰੈਗੂਲਰ ਐਡਮਿਸ਼ਨ ਲੈ ਲਓ ਇਨਸ਼ਾਅੱਲਾ ਤੁਹਾਨੂੰ ਖੁਸ਼ੀ ਹੋਏਗੀ ਜਿਹੜੇ ਵੀ ਫੀਸ ਤੁਸੀਂ ਸਾਡੇ ਕੋਲ ਜਮ੍ਹਾਂ ਕਰਾਓਗੇ ਉਹਦੇ ਬਦਲੇ ਚ ਅਸੀਂ ਇੰਨੀ ਕੁ ਮਿਹਨਤ ਕੋਸ਼ਿਸ਼ ਕਰਾਂਗੇ ਔਰ ਤੁਹਾਨੂੰ ਤਿਆਰੀ ਕਰਾਂਗੇ ਔਰ ਤੁਸੀਂ ਪਤੰਤੇ ਕਰੋਗੇ ਉਸ ਤੋਂ ਬਾਅਦ ਖੁਸ਼ੀ ਹੋਏਗੀ ਤੁਹਾਨੂੰ ਕਿ ਇਹ ਜਿਹੜੇ ਪੈਸੇ ਨੇ ਬਿਲਕੁਲ ਸਹੀ ਜਗ੍ਹਾ ਤੇ ਸੜੇ ਲੱਗੇ ਨੇ ਠੀਕ ਹੈ ਜੀ ਔਰ ਵੀ ਆਪਣੇ ਦੋਸਤਾਂ ਤੱਕ ਵੀ ਮੈਸੇਜ ਪਹੁੰਚਾਓ ਕੋਈ ਤੁਹਾਡਾ ਦੋਸਤ ਕਰਨਾ ਚਾਹੁੰਦਾ ਹੈ ਪਤਨਤੇ ਜ਼ਰੂਰ ਦੱਸੋ ਜੀ ਅਲੀ ਪਤਨਤੇ ਫੇਸਬੁੱਕ ਤੇ ਵਿਜ਼ਿਟ ਕਰ ਲੇ ਦੋ ਤਿੰਨ ਦਿਨ ਫ੍ਰੀ ਕਲਾਸੇਜ਼ ਰੱਖੀਆਂ ਨੇ ਉਹ ਲਾ ਕੇ ਵੇਖ ਲੈ ਸੰਡੇ ਕਲਾਸ ਲਾ ਕੇ ਵੇਖ ਲੈ ਮੈਂ ਤੇ ਇਹ ਕਹਿਣਾ ਕਿ ਜਿਹੜੇ ਬੰਦੇ ਦਾ ਵੀ ਪਲਾਨ ਹੈ ਪ੍ਰੋਗਰਾਮ ਹੈ ਲਿਸਨਸ ਕਰਨ ਦਾ ਮੇਰੇ ਤੱਕ ਆਵਾਜ਼ ਆਏ ਜੇ ਉਹਦੀ ਨੀਅਤ ਹੈ ਉਹ ਪਤਨਤੇ ਕਰਕੇ ਜਾਏਗਾ ਇਨਸ਼ਾਅੱਲਾ ਔਰ ਸਾਰੇ ਦੋਸਤ ਹੋਰ ਵੀ ਸਾਡੇ ਪੜਾਉਂਦੇ ਨੇ ਸਾਰੇ ਬਹੁਤ ਵਧੀਆ ਪੜਾਉਂਦੇ ਨੇ ਲੇਕਿਨ ਮੇਰੀ ਸਟੱਡੀ ਇੰਤਹਾਹੀ ਸਾਦਾ ਜਟਕੇ ਜੇ ਤਰੀਕੇ ਦੀ ਔਰ ਸਮਝ ਆਣ ਵਾਲੀ 100% ਤੇ ਇਨਸ਼ਾਅੱਲਾ ਮੈਂ ਉਮੀਦ ਕਰਨਾ ਤੁਸੀਂ ਜ਼ਰੂਰ ਅੱਗੇ ਦੋਸਤਾਂ ਤੱਕ ਇਹ ਮੈਸੇਜ ਪਹੁੰਚਾਉਂਦੇ ਹੋਵੋਗੇ ਮਾੜਾ ਚੰਗਾ ਦੱਸਦੇ ਹੋਵੋਗੇ ਜਿਹੜਾ ਵੀ ਪੁੱਛਦਾ ਬਹੁਤ ਥੈਂਕ ਯੂ ਜੀ ਬਾਕੀ ਪੇਜ ਸ਼ੇਅਰ ਕਰ ਦੇਣੇ ਇੱਕ ਇਹ ਵੀ ਰਿਕਵੈਸਟ ਏ ਤੁਸੀਂ ਬੈਠੇ ਹੋ बस थोड़ा जाइए <coughs> वो शेयर अल ऑप्शन ਹੁੰਦਾ ਹੈ ਪੇਜ ਵਿੱਚ ਉਹਨੂੰ ਕਲਿੱਕ ਕਰ ਦਿਓ ਤੁਹਾਡੇ ਦੋਸਤਾਂ ਤੱਕ ਮੈਸੇਜ ਪਹੁੰਚ ਜਾਏਗਾ ਮੇਰੇ ਪੇਜ ਦੇ ਚਲੋ ਲਾਈਕ ਵੱਧ ਜਾਣਗੇ ਦੋ ਚਾਰ ਹੋਰ ਤੇ ਨਹੀਂ ਲੇਕਿਨ ਇਹ ਕਿ ਤੁਹਾਡਾ ਕੋਈ ਹੋਰ ਦੋਸਤ ਵੀ ਤੁਹਾਡੇ ਵਜ੍ਹਾ ਤੋਂ ਉਹ ਵੀ ਚਲੋ ਕਲਾਸ 'ਚ ਸ਼ਾਮਿਲ ਹੋ ਜਾਏਗਾ ਜ਼ਰੂਰ ਕਰਨਾ ਜੀ ਹਰ ਸਟੂਡੈਂਟ ਕਮਸ ਕਮ ਪੇ ਸ਼ੇਅਰ ਕਰ ਦੇਗਾ ਬਹੁਤ ਥੈਂਕ ਯੂ ਇਹ ਸਵਾਲ ਫਿਰ ਗਲਤ ਹੋ ਗਿਆ ਕੁਆਦਰੀ ਚਿਕਲੀਆਂ ਦੋ ਨੇ ਇੱਕ ਛੋਟੀ ਉਹਦੀ 45 ਸਪੀਡ ਹੈ ਵੱਡੀ ਦੀ 80 ਹੈ ਇਹਨੇ 70 ਹੈ ਕਿਸੇ ਦੀ ਵੀ ਨਹੀਂ ਸਹੀ ਸਪੀਡ ਲਿਖੀ ਫਾਲਸ ਹੋ ਗਿਆ ਇਨ ਫੋਰਟੂਨਾਟੋ ਸੇ ਜੇ ਇਨ ਫੋਰਟੂਨਾਟੋ ਜ਼ਖਮੀ ਬੰਦਾ ਦਿਲ ਅਸਤਰਾ ਦਾ ਰੋੜ ਤੇ ਰਿਪੋਰਟਾ ਤੋ ਫਰਤੂਰੇ ਅਲੀ ਆਰਤੀ ਫਰਤੂਰੇ ਮੀਨ ਫੈਕਚਰ ਹੋ ਗਿਆ ਅੱਡੀ ਟੁੱਟ ਗਈ ਹੈ ਹੱਡੀ ਟੁੱਟ ਗਈ ਉਹਦੀ ਜ਼ਰੂਰੀ ਹੈ ਬਲੋਕਰ ਲੀ ਉਹਨੂੰ ਬੰਨ ਦਿਓ ਹੱਡੀ ਨੂੰ ਬੰਨ ਬੁੰਦਿਓ ਸੈਂਸ ਅਪਰੋਚੇ ਦੇਰੇ ਔਰ ਨਾ ਕਰੋ ਆਲtre ਮਨੋਵਰੇ ਦੂਸਰੇ ਕੰਮ ਹਾਂ ਉਹਨੇ ਬਜ਼ਖਮੀ ਬੰਦਾ ਜੀ ਇਨਫੋਰਚੂਨੇਟੋ ਜ਼ਖਮੀ ਬੰਦਾ ਹੈ ਹੋਇਆ ਕੀ ਹੈ ਜੀ ਫ੍ਰਾਟੂਰੇ ਅੱਡੀ ਟੁੱਟ ਗਈ ਹੈ ਇਸ ਬੰਦੇ ਦੀ ਅੱਛਾ ਜੀ ਉਹਨੇ ਦਾ ਕਰਨਾ ਕੀ ਹੈ ਜੀ ਇਹ ਕਰਨਾ ਹੈ ਬਲੋਕਰ ਲੀ ਇਹਨੂੰ ਬੰਨ ਦਿਓ ਵੇਰੋ ਬਾਕੀ ਟ੍ਰਿਕ ਵੀ ਨਿਸ਼ਾਨੀਆਂ ਵੀ ਬਹੁਤ ਸਾਰੀਆਂ ਨੇ ਲੇਕਿਨ ਮੈਂ ਸੰਡੇ ਕਲਾਸ ਚ ਫਿਰ ਨਿਸ਼ਾਨੀਆਂ ਵਗੈਰਾ ਨਹੀਂ ਦੱਸਦਾ ਇਤਨੀਆ ਨਿਸ਼ਾਨੀਆਂ ਨੇ ਕਿ ਬਹੁਤ ਸਾਰੇ ਸਵਾਲ ਤੁਹਾਨੂੰ ਪੜਨ ਦੀ ਲੋੜ ਹੀ ਨਹੀਂ ਪੈਂਦੀ ਬਸ ਉਹ ਟ੍ਰਿਕ ਨਿਸ਼ਾਨੀ ਉਹ ਹੀ ਵੇਖ ਕੇ ਤੁਸੀਂ ਵੀਰੋ ਫਾਲਸੋ ਕਰ ਲੈਣੇ ਕਰਨੇ ਨੇ ਹੈਰ ਵੀ ਤੇ ਫਿਰ ਗੁਈਦਾਰੇ ਆਉਤੋ ਵੇਟੂਰਾ ਕਾਰ ਯਾ ਗੱਡੀ ਚਲਾਉਣ ਵਾਸਤੇ ਤਰਾਇਨਾ ਛੇ ਨਾਲ ਬੰਨੀ ਹੈ ਵਹੀਕਲ ਕੋਈ ਵੀ ਗੱਡੀ ਗੁਆਸਤੋਂ ਖਰਾਬ ਅਨੇ ਤੁਸੀਂ ਡਰਾਈਵ ਕਰ ਰਹੇ ਹੋ ਇੱਕ ਗੱਡੀ ਔਰ ਤੁਸੀਂ ਤਰਾਇਨਾ ਨਾਲ ਬੰਨੀ ਹੋਈਏ ਇੱਕ ਖਰਾਬ ਗੱਡੀ ਯਾਨੀ ਮੇਰੀ ਗੱਡੀ ਖਰਾਬ ਸੀ ਤੁਸੀਂ ਆਪਣੀ ਗੱਡੀ ਦੇ ਨਾਲ ਮੇਰੀ ਗੱਡੀ ਬਨ ਕੇ ਲੈ ਜਾ ਰਹੇ ਹੋ ਗੁਆਸਤੋਂ ਕਹਿੰਦੇ ਨੇ ਖਰਾਬ ਤਰਾਇਨਾ ਵਿੱਚ ਬਨ ਕੇ ਲੈ ਜਾ ਰਹੇ ਤੁਸੀਂ ਗੱਡੀ ਚਲਾ ਰਹੇ ਸੀ ਔਰ ਬਨ ਕੇ ਲੈ ਜਾ ਰਹੇ ਹੋ ਆਪਣੇ ਨਾਲ ਇੱਕ ਖਰਾਬ ਗੱਡੀ ਨੂੰ ਕੰਡੂਚੈਂਟ ਜਿਹੜਾ ਡਰਾਈਵਰ ਬੋਰਦੋ ਵਿੱਚ ਬੈਠੇ ਹੈ ਖਰਾਬ ਗੱਡੀ ਦੇ ਉਹਦੇ ਕੋਲ ਆਂਦਾ ਈ ਪਤੰਤੇ ਹੋਣਾ ਚਾਹੀਦਾ ਇਹ ਕਿਥੋਂ ਕਰੀਏ ਸੜਕੋ ਤੇ ਵੀ ਨਹੀਂ ਹੁੰਦਾ ਪਿਆ ਫਾਲਸ ਹੋ ਗਿਆ ਬਾਈ ਇਹ ਜੋ ਸਿਗਨਲ ਦਿਖਾਇਆ ਗਿਆ ਹੈ ਇੰਡੀਕਾ ਕਹਿੰਦਾ ਪਿਆਜ਼ੋਲਾ ਸੋਸਤੇਗਾ ਦਿਸ ਰਿਅਲੀ ਪਸੀ ਨਹੀਂ ਭਾਈ ਇਹ ਪਿਆਜ਼ੋਲਾ ਸੋਸਤੇ ਦੇ ਬਾਰੇ ਨਹੀਂ ਕਹਿ ਰਿਹਾ ਇਹਤੇ ਕਹਿ ਰਿਹਾ ਕਿ ਚਲਦੇ ਚਲਦੇ ਇੱਕ ਸੱਜੇ ਪਾਸੇ ਸੜੋਡ ਟੱਚ ਹੋਣੀ ਹੈ ਤੁਹਾਨੂੰ ਛੋਟੀ ਜੀ ਲਿਆਜ਼ਾ ਇਹ ਵੀ ਫਿਰ ਗਲਤ ਇਹਨੇ ਜਿਹੜੀ ਕੀਤੀ ਹੈ ਨਾ ਐ ਪਿਆਜ਼ੋਲਾ ਦੀ ਸੋਸਤਾ ਐ ਫਾਲਸ ਹੋਏ ਦੀ ਸਤਨ ਸਾਦੀ ਸਿਕੁਰੇਸਾ ਕਹਿੰਦੇ ਨੇ ਗੈਪ ਅਗਲੀ ਗੱਡੀ ਪਿਛਲੀ ਗੱਡੀ ਨਾਲ ਪਤਾ ਗੈਪ ਰੱਖਦਾ ਤੇ ਸਤਨ ਸਾਦੀ ਸਿਕੁਰੇਸਾ ਜਿਹੜਾ ਗੈਪ ਇਹ ਦੇਵੇ ਇਸ sire al meno कमस कम uguali ai metri ਕੁਝ ਮੀਟਰ ਇਸ ਵਾਸਤੇ ਵੀ ਰੱਖੀਦਾ ਹੈ ਵਹੀਕਲ ਕੇ ਪਰ ਵਹੀਕਲ ਪਰ ਕੋਰੇ ਰੇ ਕਿਉਂਕਿ ਗੱਡੀ ਦੇ ਉਸ ਦੇ ਵਿੱਚ ਚੱਲਣਾ ਹੁੰਦਾ ਹੈ ਟੈਂਪੋ ਦੀ ਰਿਐਕਸ਼ਨ ਰਿਐਕਸ਼ਨ ਕਰਨਾ ਹੁੰਦਾ ਹੈ ਅੰਦਰ ਡਿਸਟੈਂਸਾ ਸਿਕੁਰੇਸਾ ਜਿਹੜਾ ਗੈਪ ਰੱਖਦੇ ਹੋ ਨਾ ਉਹਦੇ ਵਿੱਚ ਕੁਝ ਮੀਟਰ ਇਸ ਵਾਸਤੇ ਵੀ ਰੱਖਿਆ ਕਰੋ ਕਿ ਤੁਸਾਂ ਰਿਐਕਸ਼ਨ ਕਰਨਾ ਹੁੰਦਾ ਹੈ ਰਿਐਕਸ਼ਨ ਮੀਨ ਪੈਰ ਨੂੰ ਪੁਸ਼ ਕਰਨਾ ਰੇਸ ਸੋਰੀ ਰੇਸ ਤੋਂ ਪਰ ਚੋਕ ਕੇ ਬ੍ਰੇਕ ਨੂੰ ਪੁਸ਼ ਕਰਨਾ ਜ਼ਰੂਰ ਤਾਂ ਰੋਕਣੀ ਹੁੰਦੀ ਹੈ ਨਾ ਗੈਪ ਦੇ ਵਿੱਚ ਕਿ ਰੋਕਣੀ ਪੈ ਜੇ ਤੇ ਉਹ ਰੋਕਣੀ ਪੈਂਦੀ ਹੈ ਤੇ ਪੈਰ ਨੂੰ ਪੁਸ਼ ਕਰਨਾ ਪੈਂਦਾ ਉਹਨੂੰ ਇਟਾਲੀਅਨ ਚ ਕਹਿੰਦੇ ਨੇ ਰਿਆਸਿਓਨੇ ਤੇ ਹੰਦਾ ਗੈਪ ਦੇ ਵਿੱਚ ਕੁਝ ਮੀਟਰ ਇਸ ਵਾਰ ਤੇ ਵੀ ਰੱਖਿਆ ਕਰੋ ਕਿ ਜਿਹੜਾ ਤੁਸੀਂ ਰਿਐਕਸ਼ਨ ਕਰਨਾ ਹੁੰਦਾ ਉਹਦੇ ਚ ਵੀ ਗੈਪ ਯੂਜ਼ ਹੁੰਦਾ ਤੁਹਾਡਾ ਫਿਰ ਵੇਰੋ ਕੁਰਸੀ ਦੀ ਕਨਾਲੀਜ਼ਾਸੀਓਨੇ ਹੁੰਦੇ ਨੇ ਇਹ ਜਿੰਨਾ ਤੀਰਾਂ ਹੈ ਜਿਹੜਾ ਕੁਰਸੀਆਂ ਦੇ ਵਿੱਚ ਤੀਰ ਬਣੇ ਹੁੰਦੇ ਨੇ ਚਿਟਿਜਟੇ ਤੁਸੀਂ ਵੇਖੇ ਹੋਣਗੇ ਸ਼ਹਿਰਾਂ 'ਚ ਹਾਂਜੀ ਟਰੈਕ ਹੁੰਦੇ ਨੇ ਰੋਡ ਦੇ ਵਿੱਚ ਕੁਰਸੀਏ ਬਣੇ ਹੁੰਦੇ ਨੇ ਉਹਦੇ ਚਿਟਿਜਟੇ ਤੀਰ ਬਣੇ ਹੁੰਦੇ ਨੇ ਇਟਾਲੀਅਨ 'ਚ ਕੁਰਸੀਏ ਕਹਿੰਦਾ ਅਸੀਂ ਟਰੈਕ ਕਹਿ ਲੈਂਦੇ ਆ ਲੈਣਾ ਕਹਿ ਲੈਂਦੇ ਆ ਆਂਦੇ ਜਿਹੜੀ ਕੁਰਸੀਏ ਕਾਨਾਲੀਜ਼ਾ ਸਿਓਨੇ ਤੇ ਤੀਰਾਂ ਵਾਲੇ ਹੁੰਦੇ ਆ ਪੋਸੀਬਲ ਹੈ ਕਿ ਕੁਰਸੀਆ ਦੇ ਇਸ ਤਰ੍ਹਾਂ ਜਿਹੜਾ ਸੱਜੇ ਜਾ ਰਿਹਾ ਉਹ ਚੱਲੇ ਉਹਦੀ ਸਪੀਡ ਸੁਪੀਰੀਅਰ ਹੈ ਜ਼ਿਆਦਾ ਹੋਵੇ ਸਿਨਿਸਤਰਾ ਜਿਹੜਾ ਲੈਫਟ ਹੈ ਉਹਦੀ ਘਟ ਹੋਵੇ ਇਹ ਵੇਰੋ ਹੈ ਅੰਦਰ ਜਿਹੜਾ ਤੀਰਾ ਵਾਲੇ ਕੁਰਸੀ ਨੇ ਨਾ ਉਹਦੇ ਚ ਦੇਸਤਰੇ ਵਾਲਾ ਉਹਦੀ ਤੇਜ਼ ਹੋ ਜਾਂਦੀ ਹੈ ਕਈ ਵਾਰੀ ਸਪੀਡ ਔਰ ਕੋਇਲਾ ਦੀ ਸਿਨਿਸਤਰੇ ਵਾਲੇ ਦੀ ਸਲੋ ਹੋ ਜਾਂਦੀ ਹੈ ਹੈ ਜੀ ਇਹ ਸਭ ਕੁਝ ਤੀਰਾ ਵਾਲੇ ਕੁਰਸੀਆਂ ਚੱਲਦਾ ਹੈ ਵੇਰੋ ਅਪਰਤੂਰਾ ਉਨ ਸਪੁਰਤੇ ਲੋ ਜਦੂ ਖੋਲ ਦੇ ਉਹ ਦਰਵਾਜ਼ਾ ਗੱਡੀ ਦਾ ਲੱਤ ਤੋਂ ਮਾਰ ਛਪੀਏ ਦੀ ਮਾਰ ਛਪੀਏ ਦੀ ਅਲੀ ਸੈਡ ਦਾ ਕੰਪੋਰਤਾ ਉਗਲੀ ਕੋ ਅਤੀਵਾਰੇ ਆਨ ਕਰੋ ਇੰਡੀਕੇਟਰ ਡਾਇਰੈਕਸ਼ਨ ਵਾਲੇ ਗਲਤੀ ਹੋ ਗਈ ਭਾਈ ਹਾਂ ਜੀ ਅਪਰਤੂਰਾ ਖੋਲਣਾ ਦਰਵਾਜ਼ਾ ਮਾਰਚਾ ਪੀ ਦੀ ਵਾਲਾ ਯਾਨੀ ਮਾਰਚਾ ਪੀ ਦੀ ਵਾਲੀ ਸਾਈਡ ਦਾ ਜਿਸ ਟਾਈਮ ਦਰਵਾਜ਼ਾ ਖੋਲਦੇ ਹੋ ਤੇ ਉਹ ਸਾਈਡ ਦੇ ਇੰਡੀਕੇਟਰ ਵੀ ਆਨ ਕਰੋ ਦੇਖੋ ਦਰਵਾਜ਼ਾ ਮਾਰਚਾ ਪੀ ਦੀ ਦਾ ਖੋਲਦੇ ਹੋ ਉਧਰ ਦੇ ਇੰਡੀਕੇਟਰ ਲਓ ਵੀ ਦਰਵਾਜ਼ੇ ਤੇ ਫਿਰ ਅਸੀਂ ਕਈ ਵਾਰੀ ਸੱਜਾ ਕਿਸੇ ਵੇ ਖੋਲਣਾ ਹੁੰਦਾ ਹੈ ਫਿਰ ਦੂਜੇ ਪਾਸੇ ਵਾਰੀ ਲੈਣ ਲੱਗਦੇ ਆ ਉਹ ਵੀ ਖੋਲ ਦਈਏ ਕਦੀ ਖੱਬੇ ਵਾਲੀ ਖੋਲਦੀ ਹੈ ਦਰਵਾਜ਼ਾ ਤੇ ਅਸੀਂ ਇੰਡੀਕੇਟਰ ਹੀ ਬਦਲਦੇ ਰਹੀਏ ਫਾਲਸ ਹੋ ਆਂਦੇ ਕਿ ਜਦ ਖੋਲਦੇ ਹੋ ਦਰਵਾਜ਼ਾ ਜਿਸ ਸਾਈਡ ਦਾ ਲਾਤੋਂ ਮੀਨ ਸਾਈਡ ਜਿਸ ਸਾਈਡ ਦਾ ਦਰਵਾਜ਼ਾ ਖੋਲਦੇ ਹੋ ਉਸ ਸਾਈਡ ਦੇ ਇੰਡੀਕੇਟਰ ਲਾਓ ਇੱਕੋ ਲਾਤੋਂ ਇੰਡੀਕੇਟਰ ਇਹਨਾਂ ਦਮਾ ਪ੍ਰੋਲਿਆਂ ਤੇ ਗੌਰ ਕਰੋ ਫਾਲਸ ਹੋ ਗਿਆ 에어 ਬੈਗ ਗਨ ਫਿਰ ਭੁੱਲ ਜਾਂਦੇ ਆਟੋਮੈਟਿਕ გრਾਸੀਏ コマンド સેન્સર ਉਹਦੇ ਚ ਲੱਗਿਆ ਹੁੰਦਾ ਇਹ ਬਿਲਕੁਲ ਠੀਕ ਹੈ 에어 ਬੈਗ ਸੈਂਸਰ ਨਹੀਂ ਖੁੱਲ ਜਾਂਦਾ ਇਹ ਦੋ ਪਰੋਲਿਆਂ ਤੇ ਗੌਰ ਕਰੋ ਵੇਰ ਹੋ ਗਿਆ ਗੁਰਜੀ ਨਾਲ ਸਟੂਡੈਂਟ ਦੱਸ ਰਹੇ ਨੇ ਮਾਸ਼ਾਅੱਲਾ ਇਹ ਜਿਹੜਾ ਚੋਕ ਦਿਖਾਇਆ ਗਿਆ ਫੋਟੋ ਚ ਕੋਨਦੂ ਚੈਂਟੇ ਜਿਹੜਾ ਡਰਾਈਵਰ ਡੀ ਗੱਡੀ ਵਾਲਾ ਇਹਨੂੰ ਜ਼ਰੂਰੀ ਹੈ ਦਾਰੇ ਪ੍ਰਚੇਦਨ ਸਵਰਾ ਦੇ ਦੇ ਜਿਹੜੀ ਈ ਗੱਡੀ ਹੈ ਦੀ ਰੀਤ ਚਾਰੀ ਅੱਛਾ ਭਾਈ ਡੀ ਗੱਡੀ ਅਲਕੋਨੇ ਐ ਰੈੱਡ ਰੈੱਡ ਵਾਲਾ ਦਾਰੇ ਦੇ ਦੇ ਪਹਿਲੇ ਈ ਨੂੰ ਦੇ ਲੈਨੇ ਈ ਨੂੰ ਪਹਿਲੇ ਐ ਇਹ ਨਾ ਨਹੀਂ ਦੇਣੀ ਕਿਉਂਕਿ ਮੈਂ ਤੁਹਾਨੂੰ ਦੱਸਾਂਗਾ ਚੋਕ ਚ ਸਿਰਫ ਸਜੇਲ ਨੂੰ ਐਦਰੋਂ ਤੁਸੀਂ ਜਾ ਰਹੇ ਹੋ ਨਾ ਐਦਰ ਕੋਈ ਆਂਦੀ ਐ ਸ਼ਾਇਦ ਤੇ ਉਹਨੂੰ ਦੇਣੀ ਹੈ ਰਾ ਐਦਰ ਵਾਲਿਆਂ ਨੂੰ ਅਸੀਂ ਰਾ ਨਹੀਂ ਦੇਣਾ ਡੀਰ ਇਕ ਨੂੰ ਹੁੰਦਾ ਡੀਅਲਰ ਆ ਦੇ ਇਹ ਅਸੀਂ ਦੇਸਤਰੀ ਵਾਲਿਆਂ ਨੂੰ ਬਸ ਰਾ ਦੇਣਾ ਹੁੰਦਾ ਹੈ ਸਿਨਿਸਤਰੀ ਵਾਲਿਆਂ ਨੂੰ ਨਹੀਂ ਦੇਣਾ ਹੁੰਦਾ ਬਈ ਇਹ ਗਲਤੀ ਹੋ ਗਈ ਜੀ ਇਹ ਜੋ ਸਿਗਨਲ ਦਿਖਾਇਆ ਗਿਆ ਹੈ ਹਾਂ ਸਿਗਨਲ ਦਿੰਦਾ ਹੈ ਇਹ ਪੂਸ ਤੋਂ ਦੀ ਬਲੋਕ ਕੋ ਇਹ ਬਲੋਕ ਹੈ ਰੋਡ ਯਾਨੀ ਬੰਦ ਕੀਤੀ ਬਲੋਕ ਨਾਕਾ ਲੱਗਾ ਹੋਇਆ ਹੈ ਸਟਰਾਡਸ ਰੋਡ ਵਿੱਚ ਇਸ ਤੂਈਤੀ ਦਾ ਉਰਗਾਨੀ ਦੀ ਪੁਲਿਸਿਆ ਪੁਲਿਸ ਵਾਲਿਆਂ ਨੇ ਨਾਕਾ ਲਾਇਆ ਕੋਲੇ ਇੱਥੇ ਉਬਲੀ ਕੋ ਜ਼ਰੂਰ ਫਿਰ ਮਾਰਸੀ ਰੁਕ ਜਾਓ ਬਿਲਕੁਲ ਠੀਕ ਹੈ ਜੀ ਬਲੋਕ ਕੋ ਬਲੌਕ ਕੀਤੀ ਹੋਈ ਇਹ ਰੋਡ ਪੁਲਿਸ ਵਾਲਿਆਂ ਨੇ ਇਹ ਦੋ ਪਰੋਲੇ ਤੇ ਗੌਰ ਕਰੋ ਔਰ ਫਿਰ ਮਾਰਸੀ ਰੁਕ ਜੋ ਤਿੰਨ ਪਰੋਲੇ ਲੈ ਲਓ ਬਲੌਕ ਕੀਤੀ ਹੋਈ ਇਹ ਰੋਡ ਪੁਲਿਸ ਵਾਲਿਆਂ ਨੇ ਇੱਥੇ ਰੁਕ ਜੋ ਵੇਰੋ ਇਹ ਸਾਈਨ ਉੱਥੇ ਹੀ ਲੱਗਦਾ ਹੈ ਵੇਰੋ ਐਸੋਲ ਪਰ ਕਿ ਛੁੱਟੀ ਮਾਰੋਗੇ ਜੀ ਨਾਲੇ ਬਹੁਤ ਥੈਂਕ ਯੂ ਤੁਹਾਡਾ ਤੁਸੀਂ ਕੀਮਤੀ ਟਾਈਮ ਕੱਢਿਆ ਜਿਹੜਾ ਸਿਮਾਫੋਰ ਉਹ ਫੋਟੋ ਚੀਂਦੀ ਕਹਿੰਦਾ ਕਿ ਕੰ ਹਾਂ ਕੰਚੇਲੀ ਦੀ ਇੰਬਰ ਕੋ ਆਰੀਆ ਪੋਰਟਵਾਲੋ ਆਰੀਆ ਆਰੇ ਪੋਰਟਵਾਲੀ ਆਰੇ ਪੋਰਟਵਾਲੀ ਹੁੰਦੇ ਸੀਪੋਰਟ ਜੀ ਸਮੁੰਦਰ ਦੇ ਉੱਤੇ ਜਿਹੜੀ ਬੰਦਰਗਾਹ ਬਣਾਈ ਹੁੰਦੀ ਹੈ ਜਿੱਥੇ ਸ਼ਿਪ ਲੱਗਦੇ ਆ ਫਾਲਸ ਹੋ ਗਿਆ ਇਹਦਾ ਸ਼ਿਪਾ ਦਾ ਕੀ ਕੰਮ ਹੈ ਆਰੇ ਪੋਰਤਵਾਲੀ ਸੀਪੋਰਟ ਨੂੰ ਕਹਿੰਦੇ ਨੇ ਬੰਦਰਗਾਹ ਨੂੰ ਜਿੱਥੇ ਸ਼ਿਪ ਲੱਗਦੇ ਆ ਫਾਲਸ ਹੋ ਗਿਆ ਦੇਖੋ ਨਾ ਸਿਗਨਲ ਦਾ ਤੇ ਸਵਾਲ ਦਾ ਆਪਸ ਵਿੱਚ ਕੋਈ ਲਿੰਕ ਕੋਈ ਤੱਲਕ ਕੋਈ ਕਨੈਕਸ਼ਨ ਤੇ ਹੋਵੇ ਨਾ ਇਹ ਕੋ ਜੋਰ ਚੀਜ਼ ਹੈ ਇਹ ਕੋ ਜੋਰ ਕਹਿ ਰਿਹਾ ਫਾਲਸ ਲੋ ਜੀ ਆਪਣਾ ਬਹੁਤ ਖਿਆਲ ਰੱਖੋ ਮੈਂ ਉਮੀਦ ਕਰਨਾ ਪੇਸ਼ ਸ਼ੇਅਰ ਕਰ ਦਿੱਤਾ ਨੇ ਸਾਰੇ ਸਾਬਾ ਨੇ ਜਿੰਨੀ ਕੀਤਾ ਤੇ ਕਰ ਦਿਓ ਜੀ ਥੈਂਕ ਯੂ ਵੈਰੀ ਮਚ ਅ ਅੱਲਾ ਤਾਲਾ ਸਭ ਨੂੰ ਕਾਮਯਾਬ ਕਰੇ ਆਮੀਨ ਅਸਲਾਮੁਅਲੈਕੁਮ ਸਸਰੀ ਅਕਾਲ ਨਮਸਕਾਰ ਜੀ ਬਾਏ ਬਾਏ ਵੀਡੀਓ ਹਾਂ ਜੀ ਆਏ ਰੇਗੀ ਤੁਸੀਂ ਇਹਨਾਂ ਸ਼ੇਅਰ ਵੀ ਕਰ ਸਕਦੇ ਹੋ ਤੁਹਾਡੇ ਦੋਸਤ ਵੀ ਦੇਖਣ ਤੇ ਤੁਹਾਡੇ ਵਿੱਚ ਤੁਸੀਂ ਵੀ ਮੌਜੂਦ ਹੋ ਚਲੋ ਉਹਨਾਂ ਨੂੰ ਪਤਾ ਹੋਏਗਾ ਮੇਰੇ ਫਰੈਂਡ ਨੇ ਵੀ ਇਹ ਸਬਕ ਪੜਿਆ ਕਿਉਂਕਿ ਤੁਹਾਡੇ ਕਮੈਂਟ ਨਾ ਸ਼ੋ ਹੋ ਰਹੇ ਨੇ ਤੇਗਾ ਸ਼ੇਅਰ ਕਰ ਦਿਓ ਜੀ ਪਲੀਜ਼ ਥੈਂਕ ਯੂ